ਛੋਟੀ ਕੁੱਤਾ ਹਾਏ ਹਾਏ ਜ਼ਮੀਨਾਂ ਖੋਣਾ ਹਾਏ ਹਾਏ ਭੁੱਖੇ ਮਾਰੇ ਹਾਏ ਹਾਏ ਹਰਿਆਣਾ ਮਾਰਿਆ ਹਾਏ ਹਾਏ ਆਪਕੀ ਕੀ ਉਮਰ ਹੈ ਉਮਰ ਮੇਰੀ 76 ਸਾਲ ਕਹਾਂ ਸੇ ਆਇਆ ਜਲੰਧਰ ਤੋਂ ਕੀ ਇਸ ਬਿੱਲ ਮੇ ਐਸੀ ਕੀ ਖਾਮੀਆਂ ਲੱਗਤੀ ਹੈ ਬਤਾ ਖਾਮੀਆਂ ਲੱਗਤੀ ਹੈ ਜੋ ਬਿਹਾਰ ਵਾਲਿਆਂ ਨਾਲ ਹੋਈ ਉਹ ਸਾਡੇ ਨਾਲ ਹੋਈ ਜਿਹੜੀ ਬਿਹਾਰ ਵਾਲਿਆਂ ਨਾਲ ਹੋਈ ਉਹ ਸਾਡੇ ਨਾਲ ਹੋਈ ਆ ਹੁਣ ਜੇ ਅਸੀਂ ਉੱਠਦੇ ਨਾ ਇਹਨਾਂ ਨੇ ਸਾਡੀ ਵੀ ਖੋਲੀ ਸੀ ਤੇ ਹੁਣ ਜਾਂਦੇ ਨਹੀਂ ਇੱਥੇ ਬੈਠੇ ਆ ਅੱਛਾ ਆਪ ਆਪਣੇ ਪਰਿਵਾਰ ਸੇ ਦੂਰ ਯਹਾਂ ਪੇ ਬੈਠੇ ਹੈ ਤਾਂ ਪਰਿਵਾਰ ਮੇ ਵੀ ਕੋਈ ਸਮੱਸਿਆ ਚੱਲ ਰਹੀ ਹੋਗੀ ਇਸ ਵਜ੍ਹਾ ਸੇ ਪਰਿਵਾਰ ਆਪੇ ਘਰ ਬੈਠਾ ਕੇ ਜਿਹੜੇ ਆਏ ਉਹ ਆ ਗਏ ਸੀ ਉਹ ਚਲੇ ਗਏ ਅਸੀਂ ਆ ਗਏ ਆ ਜੇ ਛੱਡ ਕੇ ਆਏ ਆ ਘਰ ਅਸੀਂ ਬੱਚੇ ਛੱਡ ਕੇ ਆਏ ਆ ਘਰ ਸਾਡੇ ਕੋਈ ਵੀ ਨਹੀਂ ਇੱਥੇ ਹੀ ਆ ਗੱਲ ਕਰਨ ਦੀ ਮੈਂ ਤੁਹਾਨੂੰ ਗੱਲ ਦੱਸਦੀ ਆ ਤੁਸੀਂ ਪੁੱਛ ਰਹੇ ਵੀ ਖਾਮੀਆਂ ਕਿਹਾ ਬਿੱਲ ਵਿੱਚ ਇਹਨਾਂ ਬਿੱਲਾਂ ਵਿੱਚ ਇਤਨੀਆਂ ਖਾਮੀਆਂ ਜੋ ਤੇਰੇ ਪਾਸ ਰੋਜੀ ਰੋਟੀ ਹੈ ਨਾ ਹਮ ਲੋਕ ਖੁਸ਼ ਜਾਏਗੀ ਨਾ ਤੇ ਤੁਸੀਂ ਕੀ ਬੋਲੋਗੇ ਬਦਵਾਈਆਂ ਦਿਓਗੇ ਨਾ ਹਾਂ ਮੇਰੀ ਰੋਜੀ ਖੁਸ਼ ਗਈ ਆ ਸਾਡੇ ਵਾਸਤੇ ਇਤਨਾ ਹੀ ਬਿੱਲ ਘਾਤ ਕੇ ਸਾਡੇ ਵਾਸਤੇ ਫਾਂਸੀ ਦਾ ਰੱਸਾ ਜਿਹੜਾ ਨਾ ਉਹ ਅੱਛਾ ਹੈ ਤੇ ਇਹ ਬਿੱਲ ਇਹਨੇ ਘਾਤ ਕੇ ਸਾਡੇ ਕਿਸਾਨਾਂ ਵਾਸਤੇ ਸਾਡੀ ਕੀੜੀ ਤੋਂ ਲੈ ਕੇ ਹਾਥੀ ਤੱਕ ਰੋਜੀ ਰੋਟੀ ਪਹੁੰਚਾਉਣ ਵਾਲਾ ਕਿਸਾਨ ਆ ਇਤਨੇ ਬਿੱਲ ਆ ਤੇ ਇਹ ਭਖਾਰੀ ਰਾਜੇ ਨੂੰ ਕੋਈ ਸ਼ਰਮ ਕਰਨੀ ਚਾਹੀਏ ਇਹ ਭਖਾਰੀ ਰਾਜੇ ਨੂੰ ਸਾਡੀ ਕੋਈ ਸ਼ਰਮ ਨਹੀਂ ਇਹ ਰਾਜਾ ਨਹੀਂ ਇਹ ਭਖਾਰੀ ਹੈ ਭਖਾਰੀ ਭੀਖ ਮੰਗਣੇ ਵਾਲਾ ਹਮ ਲੋਕ ਰਾਜੇ ਆ ਜਿਹੜੇ ਸੜਕਾਂ ਤੇ ਬਿਠਾਏ ਨੇ ਇਹਨੂੰ ਕੋਈ ਸ਼ਰਮ ਕਰਨੀ ਚਾਹੀਏ ਇਹਦੀ ਧੀ ਹੋਵੇ ਇਹਦੀ ਭੈਣ ਹੋਵੇ ਸਾਡੀ ਕੋਈ ਸਾਰ ਹੋਵੇ ਇਹਨੂੰ ਕੋਈ ਸਾਡੀ ਛਾਰ ਨਹੀਂ ਗਈ ਇਹਨੂੰ ਕੋਈ ਸੋਚ ਹੋਣੀ ਚਾਹੀਦੀ ਸੀ ਇਹਨਾਂ ਨੇ ਵੋਟਾਂ ਪਾਈਆਂ ਸੀ ਜਿਨ੍ਹਾਂ ਦੀਆਂ ਜ਼ਮੀਨਾਂ ਖੋਰੀਆਂ ਆ ਨਾ ਇਹਨਾਂ ਕਿਸਾਨਾਂ ਨੇ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਬਣਾਇਆ ਸੀ ਅੱਗੇ ਤੋਂ ਨਹੀਂ ਆਊਗਾ ਮੋਦੀ ਹਾਂ ਲਾ ਪਿਆਂਗੇ ਬਿਲਕੁਲ ਛਿੱਤਰ ਮਾਰ ਕੇ ਕੱਢਾਂਗੇ ਕਿੰਨਾ ਸਮਾਂ ਹੋ ਗਿਆ ਆਪਕੋ ਯਹਾਂ ਪੇ ਅਸੀਂ ਉਸ ਤੋਂ ਟਾਈਮ ਦੇ ਹੁੰਦੇ ਆ ਬਾਰੀ ਬਾਰੀ ਆ ਰਹੇ ਆ ਵਾਰੀ ਵਾਰੀ ਆ ਰਹੇ ਆ ਅਸੀਂ ਇੱਕ ਮਹੀਨਾ ਹੋ ਗਿਆ ਹਾਂਜੀ ਉਹ ਰਾਸ਼ਨ ਛੱਡ ਗਏ ਵਾਪਸ ਚੱਲ ਗਏ ਆ ਅਸੀਂ ਆ ਗਏ ਆ ਅਸੀਂ ਜਾਵਾਂਗੇ ਤੇ ਉਹ ਆ ਜਾਣਗੇ ਜਾਣਾ ਨਹੀਂ ਅਸੀਂ ਇਹ ਜੋ ਸਾਡੀ ਗੱਲ ਆ ਜੋ ਸਾਡੀ ਬਾਤ ਕਰ ਰਹੇ ਤੁਹਾਡੇ ਸਾਥ ਉਹ ਮੋਦੀ ਸੇ ਪਚਾ ਰਹੇ ਗੇ ਪਰ ਮੋਦੀ ਇੰਨੀ ਕਿਉਂ ਗੂੜੀ ਨੂੰ ਸੁੱਤਾ ਵਾ ਕਿ ਡਾਜੀ ਪਾਮ ਦੀਆਂ ਗੋਲੀਆਂ ਖਾ ਬੈਠੇ ਮੈਨੂੰ ਇਹੀ ਲੱਗਦਾ ਵਾ ਧੱਕੇ ਖਾਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਕੋਈ ਤਰਸੇ ਦਾ ਕੋਈ ਇੱਕ ਲੋਕ ਬੈਠੇ ਲਗਭਗ ਲਗਭਗ 1 ਮਹੀਨਾ ਹੋਣੇ ਵਾਲਾ ਹੈ 1 ਮਹੀਨਾ ਹੋ ਗਿਆ ਹਾਂ ਕੱਟ ਕੇ ਛੱਡਣਗੇ ਜਿਹੜੇ ਤੁਰ ਪਏ ਐ ਇਸ ਲੈਣ ਤੇ ਉਹ 2 ਮਹੀਨੇ ਟੇਸ਼ਨਾਂ ਤੇ ਰੁਲਦੇ ਰਹੇ 2 ਮਹੀਨੇ ਗੱਡੀ ਦੇ ਟੇਸ਼ਨਾਂ ਤੇ ਰੁਲਦੇ ਰਹੇ ਆ ਪਲੇਟਫਾਰਮਾਂ ਤੇ ਇਹਨੂੰ ਮੋਦੀ ਨੂੰ ਕੋਈ ਸ਼ਰਮ ਨਹੀਂ ਆਈ 1 ਮਹੀਨਾ ਗਿਆ ਇੱਥੇ ਬੈਠੇ ਨੂੰ ਉਹਦੀ ਪੂਰੀ ਦੇ ਬੈਠੇ 70 ਮੱਲ ਕੇ ਇਹ ਮੋਦੀ ਨੇ ਆਪਣੀ ਕਾਦੀ ਨਹੀਂ ਸੰਭਾਲੀ ਇਹ ਰਾਜ ਐਡਾ ਵੱਡਾ ਕਿੱਥੋਂ ਸੰਭਾਲੂ ਭਖਾਰੀ ਰਾਜਾ ਇਹਨੂੰ ਕੋਈ ਸ਼ਰਮ ਹੋਣੀ ਚਾਹੀਦੀ ਆ ਇਹ ਸਾਡਾ ਆਣ ਕੇ ਕੋਈ ਉਦਾਂ ਦਾ ਹੰਗਾਰਾ ਭਰਿਆ ਨੇ ਸੁਣਿਆ ਸਾਡਾ ਕੋਈ ਮਾਰੇ ਆ ਜਿਹੜੇ ਪੰਜਾਬ ਵਾਲੇ ਨੇ ਆਣ ਕੇ ਰੋਟੀ ਖਾਣ ਲਾਏ ਆ ਭੁੱਖੇ ਮਾਰੇ ਆ ਦਿੱਲੀ ਦੇ ਲੋਕ ਨੇ ਉਹ ਜਾ ਕੇ ਪੁੱਛੋ ਉਹਨਾਂ ਨੂੰ ਵੀ ਕਿੱਦਾਂ ਕਰਦੇ ਆ ਤੁਸੀਂ ਤੁਹਾਨੂੰ ਰੋਟੀ ਮਿਲਦੀ ਹੁਣ ਕਿੱਥੋਂ ਮਿਲਦੀ ਆ ਭੁੱਖੇ ਮਾਰੇ ਐਸ ਮੋਦੀ ਦੇ ਐਡਾ ਮਾੜਾ ਰਾਜਾ ਚੁਣ ਲਿਆ ਗਾਂ ਵਾਸਤੇ ਤੂੰ ਭੁੱਲ ਗਏ ਚੱਲ ਗਿਆ ਪਰ ਐਸ ਵਾਰ ਨਹੀਂ ਚੱਲਣਾ ਜਿਹੜਾ ਅਮੀਰਾਂ ਨੂੰ ਅਮੀਰ ਬਣਾਉਂਦਾ ਜਿਹੜੇ ਜ਼ਮੀਨਦਾਰ ਗਰੀਬ ਆ ਉਹਨਾਂ ਨੂੰ ਥੱਲੇ ਥਿਰਦਾ ਇਹਦਾ ਕੰਮ ਆ ਜ਼ਮੀਨਾਂ ਸਾਡੀਆਂ ਖੋਖ ਪਤਾ ਕਿੱਦਾਂ ਬਣਾਈਆਂ ਇਹ ਉਹਨਾਂ ਨੂੰ ਦੇਣ ਨੂੰ ਫਿਰ ਸਸਤੇ ਭਾਵਾਂ 'ਚ ਜਿਹੜਾ ਹੁਣ ਜ਼ਿਮੀਂਦਾਰ ਆ ਉਹਦਾ ਆਰਥਿਕ ਨਾਲ ਸੰਬੰਧ ਆ ਜੇ ਰਾਜ ਨੂੰ ਕੋਈ ਬੰਦਾ ਬਿਮਾਰ ਹੋ ਜਾਏ ਉਹ ਆਰਥਿਕ ਕੋ ਪੈਸੇ ਲਾਉ ਕੋ ਮੋਦੀ ਕੋ ਲਊਗਾ ਕਿਥੇ ਤੇ ਘਰ 10 ਰੁਪਏ ਵੀ ਨਹੀਂ ਹੁੰਦੇ ਕਿਸੇ ਵੇਲੇ ਉਧਰ ਮਾਤ ਹੁੰਦੀ ਆ ਮਰ ਗਿਆ ਘਰੇ ਰੋਂਦਾ ਆ ਵੀ ਸਾਡੀ ਜ਼ਮੀਨ ਜਾਂਦੀ ਤਾਂ ਨਾਲ ਆਇਆ ਰੋਂਦਾ ਆ ਘਰੇ ਵੀ ਮਸਾ ਬਣਾਈ ਸੀ ਉਹ ਖੋਂਦੇ ਆ ਮਜਬੂਰਾਂ ਬਹੁਤ ਜ਼ਿਆਦਾ ਤਾਂ ਆਏ ਆ ਉਦਾਂ ਨਹੀਂ ਅਸੀਂ ਇਹ ਗੁਰੂ ਘਰ ਦੇ ਗ੍ਰੰਥੀ ਸਾਹਿਬ ਆ ਉਹ ਸਾਡੇ ਆੜਤੀਆਂ ਲੋਕ ਆ ਨਾ ਜਿਨ੍ਹਾਂ ਨੂੰ ਇਹ ਕਹਿ ਰਿਹਾ ਵਿਚੋਲੀਏ ਜੇ ਆ ਵੋ ਆ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਇਹਨਾਂ ਦੇ ਸਿਰ ਤੇ ਬੰਦੂਕ ਡਾਲਤੇ ਆ ਵੀ ਬੰਦੂਕ ਫੇਂਕਦੇ ਆ ਸਾਡੇ ਨਾਲ ਨਾ ਕੋ ਰਾਜਨੀਤੀ ਜਿਹੋ ਜਾਂ ਇਹ ਚੋਰ ਉਹੋ ਦੇ ਪਿੰਡਾਂ ਵਾਲੇ ਚੋਰ ਆ ਸਾਡਾ ਕੋਈ ਕੁਛ ਨਹੀਂ ਲੱਗਦਾ ਸਿਰਫ ਤੇ ਅਸੀਂ ਕਿਸਾਨ ਜਨਤਾ ਇੱਕ ਦੇਸ਼ ਦੀ ਨਹੀਂ ਆਈ 18 ਸਟੇਜਾਂ ਜੁੜ ਚੁੱਕੀਆਂ ਤੇ 18 ਤੋਂ ਵੀ 20 ਸਟੇਜਾਂ ਜੁੜ ਚੁੱਕੀਆਂ ਜੋ ਇੱਥੇ ਸਾਰੇ ਕਿਸਾਨ ਲੋਕ ਆਏ ਆ ਜਿਹੜੇ ਅੰਨਦਾਤਾ ਜਿਨ੍ਹਾਂ ਨੂੰ ਬੋਲਦੇ ਆ ਕਦੀ ਸਾਨੂੰ ਆਂਦਾ ਅੱਤਵਾਦੀ ਕਦੀ ਸਾਨੂੰ ਆਂਦਾ ਵਿਚੋਲੀਏ ਨਾ ਹੀ ਅੱਤਵਾਦੀ ਜੇ ਨਾ ਹੀ ਵੱਖਵਾਦੀ ਜੇ ਅਸੀਂ ਸਿਰਫ ਤੇ ਸਿਰਫ ਕਿਸਾਨ ਜੇ ਤੇ ਅਸੀਂ ਹੱਕਵਾਦੀ ਆ ਆਪਣਾ ਹੱਕ ਲੈਣ ਆਏ ਆ ਤੇ ਹੱਕ ਲੈ ਕੇ ਜਾਵਾਂ ਮੋਦੀ ਜੀ ਨੂੰ ਕਹਿ ਦਿਓ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਗਾ ਲੇ ਅਸੀਂ ਉਹ ਤੇ ਸਾਡੀਆਂ ਪਹਿਲੀਆਂ ਲੈਣ ਦੀ ਕੋਸ਼ਿਸ਼ ਕਰ ਰਿਹਾ ਨਾ ਇਹਨਾਂ ਦੀਆਂ ਪਹਿਲੀਆਂ ਲਈਆਂ ਜਾਣਗੀਆਂ ਤੇ ਉਹਨਾਂ ਉੱਤੇ ਜਾ ਕੇ ਮੈਂ ਸਾਰੀਆਂ ਖੇਤੀਆਂ ਕਰੂੰਗਾ ਮੈਂ ਉਹ ਜਿਹੜੇ ਗੁੰਡੇ ਅਡਾਨੀ ਤੇ ਬਾਨੀ ਉਹਨਾਂ ਨੂੰ ਰਾਜ ਕਰਾਉਂ ਅਸੀਂ ਮੋਦੀ ਦੀਆਂ ਪਹਿਲੀਆਂ ਤੇ ਅੜ ਕੇ ਕਬਜ਼ਾ ਕਰਕੇ ਬੈਠ ਗਏ ਉਹਦੇ ਘੇਰੇ ਬੰਨੇ ਦਿੱਲੀ ਦੇ ਉਹਦੀ ਹਿੰਮਤ ਆ ਤੇ ਸਾਨੂੰ ਠਾ ਕੇ ਵੇਖ ਲੈ ਇੱਥੇ ਬੈਠੇ ਆ ਤੇ ਵਿੱਚ ਬੈਠੇ ਰਵਾਂਗੇ ਕਿਸਾਨ ਏਕਤਾ ਮੋਦੀ ਸਾਹਿਬ ਨੂੰ ਕਹੋ ਮੰਨ ਜੇ ਨਹੀਂ ਤੇ ਪਛਤਾਵਾ ਬਹੁਤ ਵੱਡਾ ਲੱਗੂਗਾ ਮੋਦੀ ਨੂੰ ਪਛਤਾਵਾ ਬਹੁਤ ਮੋਦੀ ਕਿਸਾਨਾਂ ਦੇ ਦਵਾਏ ਹੋਇਆ ਇਹ ਜਿਹੜੇ ਵੱਡੇ ਵੱਡੇ ਲਾੜੇ ਆ ਅਵਾਨੀ ਅਡਾਨੀ ਆ ਗਏ ਆ ਇਹਨਾਂ ਨੂੰ ਨੇ ਅਮਿਤ ਸ਼ਾਹ ਇਹਨਾਂ ਨੂੰ ਨਹੀਂ ਪੜਦੇ ਇਹਨਾਂ ਦੇ ਐਡੇ-ਐਡੀਆਂ ਕੋਠੀਆਂ ਇਹਨਾਂ ਦੇ ਫੈਕਟਰੀਆਂ ਲੱਗੀਆਂ ਪੰਜਾਬ ਖਾਣਾ ਸ਼ੁਰੂ ਕਰ ਲਿਆ ਹੁਣ ਇਹਨਾਂ ਨੇ ਉੱਥੇ ਜਾ ਕੇ ਤਾਂ ਆਪਣੇ ਸਟੋਰ ਖੋਲ ਲਏ ਬਹੁਤ ਜ਼ਿਆਦਾ ਕੱਲੇ ਪੰਜਾਬ ਨਾਲ ਇੱਕ ਮੈਸੇਜ ਮੋਦੀ ਨੂੰ ਹੋਰ ਲਾ ਦੇਣਾ 30 ਦਿਨ ਦੇ ਇੱਥੇ ਟਿਕੇ 2 ਮਹੀਨੇ ਦੇ ਪੰਜਾਬ ਦੇ ਵਿੱਚ
6 महीने तो ਘਲਣਾ ਕਰ ਰਿਹਾ ਪੰਜਾਬ ਲੋਕ ਕੋਈ ਸਾਡੀ ਬਾਤ ਨਹੀਂ ਸੁਣੀ ਅਸੀਂ ਹੁਣ ਇੱਕ ਅੱਧੇ ਦਿਨ ਦੇ ਵਿੱਚ ਲਾਲ ਕਿਲੇ ਤੇ ਝੰਡਾ ਚੜਾਉਣਾ ਤੇ ਮੋਦੀ ਦੀ ਕੋਠੀ ਦਾ ਘਰਾਓ ਕਰਨਾ ਜਿੰਨੀਆਂ ਭੈਣਾਂ ਪੰਜਾਬ ਤੋਂ ਆਈਆਂ ਮੋਦੀ ਦੀ ਕੋਠੀ ਉੱਤੇ ਪਾਥੀਆਂ ਬੱਥੇਂਗੇ ਪਾਥੀਆਂ ਥੱਪ ਥੱਪ ਕੇ ਜਾਣਗੇ ਸਾਰੀਆਂ ਬੀਬੀਆਂ ਅਸੀਂ ਹੁਣ ਲਿਆਜ ਨਹੀਂ ਕਰਨਾ ਮੋਦੀ ਦਾ ਨੱਕ 'ਚ ਦਮ ਕਰਕੇ ਜਾਵਾਂਗੇ ਉਹਦੀਆਂ ਨਾਸਾਂ ਜਿਹੜੀਆਂ ਨਾ ਚੰਗੀ ਤਰ੍ਹਾਂ ਕੁੱਟ ਕੁੱਟ ਕੇ ਜਾਵਾਂਗੇ ਅਸੀਂ ਹੁਣ ਕੋਈ ਕਮਜ਼ੋਰ ਨਹੀਂ ਆਏ ਕਿੰਨੀ ਉਮਰ ਆ 55 ਸਾਲ 95 ਸਾਲ ਕੀ ਆ ਹਾਂਜੀ 55 ਸਾਲ ਦੀ ਦਿੱਲੀ ਜਿੱਤ ਕੇ ਛੱਡੀ ਆ ਸਿੱਖਾਂ ਨੇ ਲਾਲ ਕਿਲੇ ਦੇ ਕੇਸਰੀ ਝੰਡਾ ਚੁੱਲਿਆ ਸੀ ਬਾਬਾ ਭਗੇਸ਼ ਸਿੰਘ ਨੇ ਉਹੀ ਕੰਮ ਹੋਣਾ ਹੁਣ ਜੇ ਇਦਾਂ ਨਹੀਂ ਤੇ ਉਦਾਂ ਸਹੀ